ਸ਼ਹਾਦਤ ਗੁਰੂ ਸਮਾਗਮ ਸਤਿਗੁਰਾਂ ਵਿੱਚ ਜੁੜ ਬੈਠੇ ਹੋ। ਬਹੁਤ ਸਾਰੇ ਸ਼ਬਦਾਂ ਦੇ ਹੁਕਮ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਛੋਟਾ ਜਿਹਾ ਬੱਚਾ ਇੱਕ ਨਾਲ ਬੈਠਾ, ਅੱਜ 4 ਸਾਲ ਬਾਅਦ ਮਿਲਿਆ ਤੇ ਇਸਦੇ ਫਾਦਰ ਸਾਹਿਬ ਕਹਿੰਦੇ ਕਿ 4 ਸਾਲਾਂ ਤੋਂ ਇਹ ਸ਼ਬਦ ਸੁਣ ਰਿਹਾ, ਤੂੰ ਮਿਲਤੇ ਮੇਰਾ ਮਨ ਜੀ, ਪਿਆਰ ਨਾਲ ਆਖੋ ਸਤਨਾਮ। ਮੈਂ ਅੱਜ ਖਿਮਾ ਮੰਗੀ ਸੀ ਕਿ ਸ਼ਹੀਦੀ ਦਿਹਾੜਾ, ਕਈ ਵਾਰ ਸਾਡੀ ਮਜ਼ਬੂਰੀ ਹੋ ਜਾਂਦੀ ਹੈ, ਪਰ ਜਦੋਂ ਐਸੇ ਬੱਚਿਆਂ ਨੂੰ ਵੇਖਦੇ ਹਾਂ ਫਿਰ ਸ਼ੁਕਰਾਨਾ ਨਿਕਲਦਾ ਸਤਿਗੁਰ ਦਾ ਕਿ ਗੁਰਬਾਣੀ ਦੀ ਇੰਨੀ ਰਹਿਮਤ। ਪਾਗਾਂ ਵਾਲੇ ਨੇ ਉਹ ਮਾਂ ਬਾਪ ਜਿਹੜੇ ਬੱਚਿਆਂ ਨੂੰ ਸ਼ਬਦ ਨਾਲ ਕੀਰਤਨ ਨਾਲ ਜੋੜ ਲੈਂਦੇ ਨੇ, ਪਿਆਰ ਨਾਲ ਆਖੋ ਸਤਨਾਮ। ਸੋ ਆਓ ਇਹਨਾਂ ਦੋਨਾਂ ਸ਼ਬਦਾਂ ਦਾ ਅੱਜ ਕੀਰਤਨ ਕਰਾਂਗੇ, ਉਸ ਤੋਂ ਬਾਅਦ ਜਿਹੜਾ ਸਮਾਂ ਬਚੇਗਾ ਉਹ ਆਪ ਜੀ ਨੂੰ ਸ਼ਹੀਦੀ ਗੁਰੂ ਦੇ ਸੰਬੰਧ ਵਿੱਚ ਸ਼ਬਦ ਸੁਣਾਵਾਂਗੇ। ਆਓ ਸਤਿ ਇੱਕ ਜੈਕਾਰਾ ਇਸ ਬੱਚੇ ਲਈ ਜ਼ਰੂਰ ਦਿਓ, ਸਤਿਗੁਰੂ ਇਹਨੂੰ ਸਦਾ ਗੁਰਸਿੱਖੀ ਦੀ ਦਾਤ ਬਾਣੀ ਨਾਲ ਪਿਆਸ ਚੋਲੀ 'ਚ ਪਾਉਣ, ਕਰੋ ਕਿਰਪਾ। ਮੇਰਾ
ਇਸ ਤੇ ਹੀ ਅਗਰ ਬੰਤ ਚੋਰ ਵਸੇ।